ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 4A 2020 ਐਡੀਸ਼ਨ ਲੈਸਨ 5 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਲੈਸਨ ਦੇ ਵਿੱਚ ਅਸੀਂ ਇੱਕ ਕੱਲ ਸਿੱਖਾਂਗੇ ਜਿਹੜੀ ਤੁਹਾਨੂੰ ਇੰਗਲਿਸ਼ ਵਿੱਚ ਤੇ ਆਂਦੀ ਹੈ ਪਰ ਸ਼ਾਇਦ ਪੰਜਾਬੀ ਵਿੱਚ ਤੁਸੀਂ ਇਹਦੀ ਪ੍ਰੈਕਟਿਸ ਨਾ ਕੀਤੀ ਹੋਵੇ ਇਟਸ ਅ ਸਪੀਚ ਫੰਕਸ਼ਨ ਆਫ ਐਕਸਪਰੈਸਿੰਗ opinions many times in life you will be asked what do you think or what is your opinion that means you can express your opinion on a topic we use special words when we express our opinions for example you might say i think or in my opinion in punjabi we can say vich, or main ja haan. here's a boy who often makes choices that may not be appropriate what is your opinion for his actions express your opinion by using the sentence starters mere khayal vich choose the correct answer bablu ne theek kita ya galat ek munda hai bablu oh aksar galat faisle landa hai hetha kuch gallan han jo ke bablu nal hoyian usne theek faisla kita ya galat kita pad ke apna vichar dasso ਸੋ ਇਸ ਵੀਡੀਓ ਤੋਂ ਬਾਅਦ ਤੁਸੀਂ ਇਸ ਪਾਰਟ ਨੂੰ ਧਿਆਨ ਨਾਲ ਪੜੋਗੇ ਤੇ ਫਿਰ ਤੁਸੀਂ ਆਨਸਰਸ ਵੀ ਲਿਖੋਗੇ ਕਈ ਥਾਵਾਂ ਤੇ ਬਬਲੂ ਲਿਖਿਆ ਕਈ ਥਾਵਾਂ ਤੇ ਪੱਪੂ ਵੀ ਲਿਖਿਆ ਠੀਕ ਹੈ ਬੋਥ ਆਰ ਓਕੇ ਬੋਥ ਆਰ ਬॉयਜ਼ ਕੀ ਹੋਇਆ ਬਬਲੂ ਦਾ ਖਿਆਲ ਤੇ ਬਬਲੂ ਦੇ ਕੰਮ ਠੀਕ ਕੀਤਾ ਜਾਂ ਗਲਤ ਕੀਤਾ ਇੱਕ ਵਾਰ ਸਕੂਲ ਵਿੱਚ ਇੱਕ ਕੁੜੀ ਦਾ ਬਸਤਾ ਹੀਠਾਂ ਡਿੱਗ ਗਿਆ ਉਸ ਦਾ ਬਾਈਂਡਰ ਅਤੇ ਹੋਰ ਸਮਾਨ ਬਾਹਰ ਡਿੱਗ ਗਿਆ ਬਬਲੂ ਉਸ ਦੇ ਪਿੱਛੇ ਜਾ ਰਿਹਾ ਸੀ ਬਬਲੂ ਨੇ ਸੋਚਿਆ ਮੈਨੂੰ ਕੁੜੀ ਦੀ ਮਦਦ ਕਰਨੀ ਚਾਹੀਦੀ ਹੈ ਪਰ ਉਸ ਨੇ ਮਦਦ ਕੀਤੀ ਨਹੀਂ ਸਗੋਂ ਉਹ ਕੁੜੀ ਵੱਲ ਦੇਖ ਕੇ ਹੱਸਣ ਲੱਗਾ ਮੇਰੇ ਖਿਆਲ ਵਿੱਚ ਬਬਲੂ ਨੇ ਗਲਤ ਕੀਤਾ ਇੱਕ ਵਾਰ ਸਕੂਲ ਵਿੱਚ ਇੱਕ ਮੁੰਡੇ ਦੀ ਪੈਨਸਲ ਟੁੱਟ ਗਈ ਤੇ ਉਸ ਨੇ ਬਬਲੂ ਕੋਲੋਂ ਇੱਕ ਕਢੀ ਹੋਈ ਪੈਨਸਲ ਮੰਗੀ ਸ਼ਾਰਪਨਡ ਪੈਨਸਲ ਬਬਲੂ ਨੇ ਸੋਚਿਆ ਮੈਨੂੰ ਪੈਨਸਲ ਦੇ ਦੇਣੀ ਚਾਹੀਦੀ ਹੈ ਉਸ ਨੇ ਬਸਤੇ ਵਿੱਚੋਂ ਇੱਕ ਹੋਰ ਪੈਨਸਲ ਕਢੀ ਤੇ ਮੁੰਡੇ ਨੂੰ ਦੇ ਦਿੱਤੀ ਮੇਰੇ ਖਿਆਲ ਵਿੱਚ ਬਬਲੂ ਨੇ ਠੀਕ ਕੀਤਾ ਕੀ ਹੋਇਆ ਬਬਲੂ ਦਾ ਖਿਆਲ ਤੇ ਬਬਲੂ ਦੇ ਕੰਮ ਠੀਕ ਕੀਤਾ ਜਾਂ ਗਲਤ ਕੀਤਾ ਇੱਕ ਦਿਨ ਸਕੂਲ ਵਿੱਚ ਬਬਲੂ ਨੇ ਦੇਖਿਆ ਕਿ ਕੁਝ ਮੁੰਡੇ ਇੱਕ ਜੂੜੇ ਵਾਲੇ ਛੋਟੇ ਮੁੰਡੇ ਨੂੰ ਛੇੜ ਰਹੇ ਸਨ ਛੋਟਾ ਮੁੰਡਾ ਰੋ ਰਿਹਾ ਸੀ ਬਬਲੂ ਨੇ ਸੋਚਿਆ ਵਿਚਾਰਾ ਮੁੰਡਾ ਇਕੱਲਾ ਹੈ ਮੈਨੂੰ ਉਸ ਕੋਲ ਜਾਣਾ ਚਾਹੀਦਾ ਹੈ ਉਹ ਦੌੜ ਕੇ ਮੁੰਡੇ ਕੋਲ ਗਿਆ ਤੇ ਉਸ ਨੂੰ ਆਪਣੇ ਨਾਲ ਖੇਡਣ ਲਈ ਬੁਲਾ ਲਿਆ ਮੇਰੇ ਖਿਆਲ ਵਿੱਚ ਬਬਲੂ ਨੇ ਠੀਕ ਕੀਤਾ बबलू ने अपना होमवर्क नहीं किया बबलू ने सोचा कि वो टीचर ਨੂੰ ਦੱਸ ਦੇਵੇ ਕਿ ਉਸਨੇ ਕੰਮ ਨਹੀਂ ਕੀਤਾ ਪਰ ਉਹ ਡਰ ਗਿਆ ਤੇ ਉਸਨੇ ਝੂਠ ਬੋਲਿਆ ਕਿ ਹੋਮਵਰਕ ਕਰ ਰਹਿ ਗਿਆ ਹੈ ਮੇਰੇ ਖਿਆਲ ਵਿੱਚ ਬबलू ਨੇ ਗਲਤ ਕੀਤਾ ਸ਼ਾਮ ਨੂੰ ਪੱਪੂ ਦੀ ਮੰਮੀ ਨੇ ਨਾ ਦਿਸ ਇਸ ਪੱਪੂ ਕੁਡ ਬੀ ਬਬਲੂ ਸ਼ਾਮ ਨੂੰ ਪੱਪੂ ਦੀ ਮੰਮੀ ਨੇ ਉਸ ਕੋਲੋਂ ਪੁੱਛਿਆ ਕਿ ਉਸਨੇ ਕੋਈ ਸਕੂਲ ਦਾ ਕੰਮ ਕਰਨਾ ਹੈ ਜਾਂ ਖਤਮ ਕਰ ਲਿਆ ਹੈ ਪੱਪੂ ਨੇ ਸੋਚਿਆ ਮੇਰਾ ਸਕੂਲ ਦਾ ਕੰਮ ਹਲੇ ਰਹਿੰਦਾ ਹੈ ਪਰ ਮੇਰਾ ਖੇਡਣ ਨੂੰ ਦਿਲ ਕਰਦਾ ਹੈ ਉਸਨੇ ਮੰਮੀ ਨੂੰ ਝੂਠ ਕਿਆ ਕਿ ਉਸਨੇ ਕੰਮ ਖਤਮ ਕਰ ਲਿਆ ਹੈ ਮੇਰੇ ਖਿਆਲ ਵਿੱਚ ਪੱਪੂ ਨੇ ਗਲਤ ਕੀਤਾ ਇੱਕ ਵਾਰ ਸਕੂਲ ਵਿੱਚ ਇੱਕ ਮੁੰਡੇ ਦੀ ਪੈਨਸਲ ਟੁੱਟ ਗਈ ਉਸਨੇ ਪੱਪੂ ਕੋਲੋਂ ਇੱਕ ਕੜੀ ਹੋਈ ਪੈਨਸਲ ਮੰਗੀ ਪੱਪੂ ਨੇ ਸੋਚਿਆ ਮੈਨੂੰ ਪੈਨਸਲ ਦੇ ਦੇਣੀ ਚਾਹੀਦੀ ਹੈ ਪਰ ਉਸਨੇ ਦਿੱਤੀ ਨਹੀਂ ਸਗੋਂ ਉਹੁੰਦੇ ਨੂੰ ਦੇਖ ਕੇ ਕਹਿੰਦਾ ਜਾ ਜਾ ਮੇਰੇ ਕੋਲ ਹੈ ਨਹੀਂ ਪੈਨਸਲ ਮੇਰੇ ਖਿਆਲ ਵਿੱਚ ਪੱਪੂ ਨੇ ਗਲਤ ਕੀਤਾ ਇੱਕ ਵਾਰ ਸਕੂਲ ਵਿੱਚ ਇੱਕ ਕੁੜੀ ਦੀ ਲੰਚ ਦੀ ਟ੍ਰੇ ਹੇਠਾਂ ਡਿੱਗ ਗਈ ਤੇ ਸਾਰਾ ਖਾਣਾ ਥੱਲੇ ਡਿੱਗ ਗਿਆ ਪੱਪੂ ਉਸ ਦੇ ਪਿੱਛੇ ਲੰਚ ਲੈ ਰਿਹਾ ਸੀ ਪੱਪੂ ਨੇ ਸੋਚਿਆ ਮੈਨੂੰ ਕੁੜੀ ਦੀ ਮਦਦ ਕਰਨੀ ਚਾਹੀਦੀ ਹੈ ਉਹ ਕੁੜੀ ਕੋਲ ਗਿਆ ਅਤੇ ਉਸ ਦੀ ਫਰਸ਼ ਤੋਂ ਖਾਣਾ ਚੁੱਕਣ ਵਿੱਚ ਮਦਦ ਕੀਤੀ ਮੇਰੇ ਖਿਆਲ ਵਿੱਚ ਪੱਪੂ ਨੇ ਠੀਕ ਕੀਤਾ ਰਾਈਟ ਸੋ ਯੂ ਕੈਨ ਟੈਲ ਵਿਚ ਡਿਸੀਜਨਸ ਆਰ ਰਾਈਟ ਐਂਡ ਰੋਂਗ ਵਾਟ ਊਡ ਯੂ ਹੈਵ ਡਨ ਸੇਮ ਪ੍ਰੋਬਬਲੀ ਰਾਈਟ ਓਕੇ ਕੀ ਹੋਇਆ ਤੇ ਠੀਕ ਕੀਤਾ ਜਾਂ ਗਲਤ ਕੀਤਾ ਸੋ ਥਿਸ ਇਜ਼ ਯੂਰ ਹੋਮਵਰਕ ਰਾਈਟ ਥਿਸ ਇਜ਼ ਗੋਇੰਗ ਟੂ ਗਿਵ ਯੂ ਰੀਡਿੰਗ ਪ੍ਰੈਕਟਿਸ ਬਬਲੂ ਨੇ ਲੰਗਰ ਛਕਿਆ ਉਸ ਦੀਆਂ ਉਂਗਲੀਆਂ ਦਾਲ ਨਾਲ ਲਿਬੜ ਗਈਆਂ ਉਸ ਨੇ ਉਂਗਲਾਂ ਚਟਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਸ ਨੇ ਠੀਕ ਕੀਤਾ ਜਗਤ ਸੋ ਲੁੱਕ ਐਟ ਥੀਸ ਵਰਡਸ ਉਂਗਲੀਆਂ ਤੇ ਉਂਗਲਾਂ ਇਟਸ ਦ ਸੇਮ ਵਰਡ ਇਟਸ ਸਿਨੋਨਿਮ ਮੀਨਸ ਦ ਸੇਮ ਥਿੰਗ ਫਿੰਗਰਸ ਯੂ ਕੈਨ ਸੇ ਉਂਗਲੀਆਂ অর ਯੂ ਕੈਨ ਸੇ ਉਂਗਲਾਂ ਓਕੇ ਮੇਰੇ ਖਿਆਲ ਵਿੱਚ ਬਬਲੂ ਨੇ ਗਲਤ ਕੀਤਾ ਆਈ ਥਿੰਕ ਲਿਕਿੰਗ ਫਿੰਗਰਸ ਇਜ਼ ਨਾਟ ਪੋਲਾਈਟ बबलू ਨੂੰ ਬਹੁਤ ਭੁੱਖ ਲੱਗੀ ਸੀ ਉਹ ਲੰਗਰ ਖੇਤੀ ਖਾਣਾ ਚਾਹੁੰਦਾ ਸੀ ਲਾਈਨ ਬਹੁਤ ਲੰਮੀ ਸੀ ਉਹ ਲਾਈਨ ਵਿੱਚ ਅੱਗੇ ਕੁਸੜ ਗਿਆ ਕੀ ਉਸਨੇ ਠੀਕ ਕੀਤਾ ਜਾਂ ਗਲਤ ਕੀਤਾ ਥਿੰਕ ਅਬਾਊਟ ਇਟ ਬਬਲੂ ਨੇ ਪ੍ਰਸ਼ਾਦ ਖਾਦਾ ਉਸਨੇ ਉਸਦੇ ਹੱਥ ਕਿਉਂ ਨ ਲਿਬੜ ਗਏ ਉਸਨੇ ਹੱਥ ਆਪਣੀ ਕਮੀਜ਼ ਨਾਲ ਪੂੰਝ ਲਏ ਕੀ ਉਸਨੇ ਠੀਕ ਕੀਤਾ ਜਾਂ ਗਲਤ ਕੀਤਾ ਬਬਲੂ ਨੇ ਪ੍ਰਸ਼ਾਦ ਖਾਦਾ ਹੱਥ ਨੈਪਕਿਨ ਨਾਲ ਪੂੰਝੇ ਗੰਦੇ ਨੈਪਕਿਨ ਨੂੰ ਕਾਰਪਟ ਤੇ ਸੁੱਟ ਕੇ ਬਾਹਰ દોੜ ਗਿਆ ਕੀ ਉਸਨੇ ਠੀਕ ਕੀਤਾ ਜਾਂ ਗਲਤ ਕੀਤਾ ਬਬਲੂ ਲੰਗਰ ਛਕ ਰਿਹਾ ਸੀ ਨਾਲ-ਨਾਲ ਗੱਲਾਂ ਕਰ ਰਿਹਾ ਸੀ ਉਸ ਦੇ ਮੂੰਹ ਵਿੱਚੋਂ ਖਾਣਾ ਬਾਹਰ ਡਿੱਗ ਰਿਹਾ ਸੀ ਉਸ ਨੂੰ ਉਸ ਦੇ ਮੰਮੀ ਨੇ ਕਿਹਾ ਕਿ ਮੂੰਹ ਬੰਦ ਕਰਕੇ ਖਾਵੇ ਉਸਨੇ ਮੰਮੀ ਨਾਲ ਗੁੱਸਾ ਕੀਤਾ ਕੀ ਉਸਨੇ ਠੀਕ ਕੀਤਾ ਜਾਂ ਗਲਤ ਕੀਤਾ ਮੰਗਲਵਾਰ ਕਰਦਾ ਕੰਮ ਬਬਲੂ ਨੇ ਠੀਕ ਕੀਤਾ ਜਾਂ ਗਲਤ ਕੀਤਾ ਸੋ ਹੁਣ ਤੁਸੀਂ ਮਦਦ ਕਰੋਗੇ ਉਹਦੀ ਤੁਸੀਂ ਉਹਨੂੰ ਦੱਸੋਗੇ ਕਿ ਉਹਨੂੰ ਕੀ ਕਰਨਾ ਚਾਹੀਦਾ ਸੋ ਹੇਅਰ ਆਰ ਸਮ ਚੁਆਇਸਿਸ ਦੈਟ ਹੀ ਕੈਨ ਡੂ ਠੀਕ ਹੈ ਹੁਣ ਤੁਸੀਂ ਬਬਲੂ ਦੀ ਮਦਦ ਕਰੋ ਉਸਨੂੰ ਦੱਸੋ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ ਵਾਕ ਬਣਾਉਣ ਲਈ ਹੇਟਾਂ ਲਿਖੇ ਫਿਕਰੇ ਔਰ ਫਰੇਜ਼ਸ ਅਤੇ ਚਾਹੀਦਾ ਚਾਹੀਦੀ ਚਾਹੇਦੇ ਚਾਹੀਦੀਆਂ ਹਨ ਵਰਤੋ ਠੀਕ ਹੈ ਮੇਰੇ ਖਿਆਲ ਵਿੱਚ ਬਬਲੂ ਨੂੰ ਉਂਗਲਾਂ ਨਹੀਂ ਚਟਣੀਆਂ ਚਾਹੀਦੀਆਂ ਮੇਰੇ ਖਿਆਲ ਵਿੱਚ ਬਬਲੂ ਨੂੰ ਲੰਗਰ ਦੀ ਲਾਈਨ ਨਹੀਂ ਕੱਟਣੀ ਚਾਹੀਦੀ ਉਹ ਦੇਰ ਸ਼ੁਡ ਬੀ ਸਪੇਸ ਬੀਟਵੀਨ ਥੀਸ ਟੂ ਵਰਡਸ ਮੇਰੇ ਖਿਆਲ ਵਿੱਚ ਬਬਲੂ ਨੂੰ ਕਿਸੇ ਨੂੰ ਪੁੱਛ ਕੇ ਉਸ ਨੂੰ ਲਾਈਨ ਦੇ ਅੱਗੇ ਜਾਣਾ ਚਾਹੀਦਾ ਹੈ ਮੇਰੇ ਖਿਆਲ ਵਿੱਚ ਬਬਲੂ ਨੂੰ ਪ੍ਰਸ਼ਾਦ ਵਾਲੇ ਹੱਥ ਧੋਣੇ ਚਾਹੀਦੇ ਹਨ ਮੇਰੇ ਖਿਆਲ ਵਿੱਚ ਬਬਲੂ ਨੂੰ ਗੰਦਾ ਨੈਪਕਿਨ ਕੂੜੇ ਵਿੱਚ ਸੁੱਟਣਾ ਚਾਹੀਦਾ ਹੈ ਠੀਕ ਹੈ ਸੋ ਤੁਸੀਂ ਇਹ ਚੁਆਇਸਿਸ ਪੜੋਗੇ ਕੀ ਹੋਇਆ ਤੇ ਫਿਰ ਉਹਨੂੰ ਕੀ ਕਰਨਾ ਚਾਹੀਦਾ ਐਥੋਂ ਕਾਪੀ ਕਰਕੇ ਇੱਥੇ ਤੁਸੀਂ ਲਿਖੋਗੇ ਬੁੱਧਵਾਰ ਕੀ ਕਰ ਜੇ ਤੁਸੀਂ ਬਬਲੂ ਦੀ ਥਾਂ ਤੇ ਹੋ ਉਹ ਤਾਂ ਤੁਸੀਂ ਕੀ ਕਰੋਗੇ ਸੋ ਐਥੇ ਕੁਐਸਚਨ ਲਿਖੇ ਨੇ ਸਿਚੁਏਸ਼ਨਸ ਤੇ ਐਥੇ A B A B ਚੁਆਇਸਿਸ ਲਿਖੀਆਂ ਤੁਸੀਂ ਇਹਦੇ ਵਿੱਚੋਂ ਰਾਈਟ ਚੁਆਇਸ ਕਲਿੱਕ ਕਰੋਗੇ ਠੀਕ ਹੈ so this is the easy one then thursday to see timer start karugay the situations pichley pages the situations like kia honge onanutusiparugay the start our the 17 18 page de, and see how long you took them we have to build reading speed now hai? so thank you so much for working with me and i will see you in the next lesson until then Ji ka khalsa kalsa Ki fateh